ਪਰ ਸਾਡੇ ਬੰਦੇ ਤੇ ਬੋਝ ਬਣ ਜਾਂਦੇ ਆ ਜੀ। ਮੈਂ ਵੇਖਦਾ ਹੁਣ ਮੰਨ ਲਓ ਕੋਈ ਬਾਬਾ ਨਗਨ ਰਹਿੰਦਾ, ਮੰਨ ਲਓ ਕੱਪੜੇ ਨਹੀਂ ਪਾਏ, ਤੇ ਹੁਣ ਆਮ ਹੀ ਸਾਡੇ ਭਾਰਤ ਦੀ ਸੱਭਿਅਤਾ ਹੈ, ਇੱਥੇ ਜੇ ਕੋਈ ਬੰਦਾ ਨਗਨ ਰਹਿੰਦਾ ਤੇ ਉਹਨੂੰ ਕਹਿੰਦੇ ਜੀ ਬੜਾ ਸਾਧੂ ਹੈ, ਬੜਾ ਮਹਾਂਪੁਰਖ ਹੈ। ਸੁਣਿਓ, ਆਸ਼ੀਰਵਾਦ ਦੇਣ ਨੂੰ ਉਹ ਆਪਣਾ ਹੱਕ ਸਮਝਦਾ। ਆ ਜਿਹੜੇ ਦਿਗੰਬਰ ਸਾਧੂ ਤੁਸੀਂ ਵੇਖੋਗੇ ਨਗਨ ਫਿਰਦੇ ਹੈ, ਉਹ ਬਾਬੇ ਬਹੁਤੇ ਏਦਾਂ ਹੱਥ ਕਰਦੇ ਆ, ਤੁਸੀਂ ਜਦੋਂ ਉਹਨਾਂ ਨੂੰ ਮਿਲਣਾ ਹੈ ਉਹਨਾਂ ਨੇ ਆਸ਼ੀਰਵਾਦ ਦੇਣਾ, ਏਦਾਂ ਕਰਨਾ, ਏਦਾਂ ਹੱਥ ਕਰਨਾ ਹੀ ਕਰਨਾ, ਐ ਨਹੀਂ ਕਰਨਾ, ਏਦਾਂ ਕਰਨਗੇ ਵੀ ਹਾਂ ਆਸ਼ੀਰਵਾਦ ਹੈ ਮੇਰਾ ਤੈਨੂੰ। ਕਿਉਂ? ਉਹ ਕਹਿੰਦੇ ਅਸੀਂ ਖਾਸ ਹਾਂ, ਤੁਸੀਂ ਕੱਪੜਿਆਂ ਵਾਲੇ ਹੋ, ਮੈਂ ਕੱਪੜਿਆਂ ਤੋਂ ਬਿਨਾਂ, ਇਸ ਕਰਕੇ ਮੈਂ ਖਾਸ। ਇਹ ਇਸੇ ਤਰ੍ਹਾਂ ਹੁਣ ਆਪਾਂ ਕਹਿੰਦੇ ਹਾਂ ਮੈਂ ਕੀਰਤਨ ਕਰਦਾ ਤੁਸੀਂ ਨਹੀਂ ਕਰਦੇ, ਮੈਂ ਖਾਸ ਹਾਂ। ਸਾਡੇ ਆਮ ਹੈ ਇੱਕ ਬੰਦਾ 3 ਵਜੇ ਉੱਠਦਾ, 3 ਵਜੇ ਉੱਠ ਕੇ ਬਹਿ ਜਾਂਦਾ, ਉਹ ਸਾਰਿਆਂ ਨੂੰ ਕਹਿੰਦਾ ਤੁਸੀਂ ਤੇ ਨਿਕੰਮੇ ਤੁਰੇ ਫਿਰਦੇ, ਅੰਮ੍ਰਿਤ ਵੇਲੇ ਤੇ ਜਾਗਦਾ ਹੀ ਕੋਈ ਨਹੀਂ, ਕਮਲੇ ਹੋ, ਪਾਗਲ ਹੋ। ਉਹ ਕਹਿੰਦਾ ਮੈਂ 3 ਵਜੇ ਉੱਠਦਾ ਤਾਂ ਕਰਕੇ ਮੇਰੀ ਮੰਨੋ, ਮੈਂ ਤੁਹਾਡੇ ਸਾਰਿਆਂ ਨਾਲੋਂ ਖਾਸ, ਤੁਸੀਂ ਸਾਰੇ ਐਵੇਂ ਹੀ ਹੋ, ਮੈਂ ਖਾਸ ਹਾਂ। ਮੈਂ ਬੇਨਤੀ ਬਹੁਤ ਵਾਰ ਕੀਤੀ ਹੈ ਵੀ ਪਿਆਰਿਓ ਤੂੰ ਨਗਨ ਰਹਿਣਾ ਚਾਹੁੰਦਾ, ਤੇਰਾ ਸ਼ੌਂਕ ਹੈ, ਤੂੰ ਮਸਤ ਰਹਿਣਾ ਚਾਹੁੰਦਾ, ਰਹਿ, ਆਪਣੀ ਮਰਜ਼ੀ ਨਾਲ ਕੱਪੜੇ ਲਾਹਦੇ ਲਾਹਦੇ, ਪਰ ਸਿਰ ਸਾਡੇ ਸਿਰ ਤੇ ਨਾ ਬਹਿ, ਆਖੋ ਸਤਨਾਮ। ਸਾਡੇ ਸਿਰ ਤੇ ਕਿਉਂ ਬੈਠਦਾ ਹੈ? ਬਾਕੀਆਂ ਨੇ ਪਾਏ ਆ, ਤੇਰਾ ਜੀ ਕੀਤਾ ਤੂੰ ਲਾਹਦੇ, ਪਰ ਇਹਦਾ ਮਤਲਬ ਇਹ ਨਹੀਂ ਵੀ ਤੂੰ ਕੋਈ ਖਾਸ ਹੋ ਗਿਆ। ਵੇਖਿਆ ਇਹ ਜਾਣਾ ਜ਼ਿੰਦਗੀ ਚ ਕੀਤਾ ਕੀ, ਹਵਾ ਜ਼ਿੰਮੇਵਾਰੀ ਜਿਹੜੀ ਮਿਲੀ ਹੈ ਨਿਭਾ ਰਹੀ ਹੈ, ਪਾਣੀ ਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਨਿਭਾ ਰਿਹਾ, ਕੁਦਰਤ ਨੇ ਜਿਹੜੇ ਤੈਨੂੰ ਜ਼ਿੰਮੇਵਾਰੀ ਦਿੱਤੀ ਸੀ ਤੂੰ ਨਿਭਾਉਂਦਾ ਕਿ ਨਹੀਂ ਨਿਭਾਉਂਦਾ, ਵੇਖਿਆ ਇਹ ਜਾਣਾ ਹੈ। ਕੱਪੜੇ ਲਾ ਕੇ ਤੂੰ ਮਹਾਨ ਨਹੀਂ ਬਣ ਜਾਂਦਾ। ਜੇ ਕੋਈ ਬੰਦਾ ਸਵੇਰੇ ਉੱਠਦਾ ਚੰਗੀ ਗੱਲ ਹੈ, ਜਿਹੜਾ 3 ਵਜੇ ਉੱਠਿਆ ਸੁੱਤਾ ਵੀ ਤੇ 8 ਵਜੇ ਹੋਊ ਵੀ ਠੀਕ ਹੈ, ਵੇਲੇ ਨਾਲ ਸੌਂ ਗਿਆ ਸੀ, ਵੇਲੇ ਨਾਲ ਉੱਠ ਪਿਆ, ਭਾਈ ਚੰਗੀ ਗੱਲ ਹੈ, ਸਵੇਰੇ ਸਵੇਰੇ ਉੱਠਿਆ ਕਰੋ, ਬਹੁਤ ਵਧੀਆ। ਪਰ ਵੇਖਿਆ ਇਹ ਜਾਣਾ ਜ਼ਿੰਦਗੀ ਚ ਕੀਤਾ ਕੀ ਹੈ ਤੈਂ। ਇਹਦਾ ਮਤਲਬ ਇਹ ਨਹੀਂ ਵੀ ਜੇ 3 ਵਜੇ ਉੱਠਦਾ 4 ਵਜੇ ਉੱਠਦਾ ਤੇ ਬਾਕੀ ਸਾਰਿਆਂ ਦੇ ਸਿਰ ਤੇ ਬੈਠੇਗਾ ਵੀ ਮੈਂ ਤੇ ਜੀ ਸਾਰੀ ਜ਼ਿੰਦਗੀ 3 ਵਜੇ ਉੱਠਿਆ, ਮੈਂ ਤੇ 4 ਵਜੇ ਉੱਠਦਾ ਰਿਹਾ, ਪਰ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ। ਤੈਂ ਕਦੇ ਪੁੱਛਿਆ ਵੀ ਆਟਾ ਭਿਆਉਣ ਵਾਲਾ ਮੈਂ ਜਾਣਾ, ਆਹ ਕੰਮ ਮੈਂ ਕਰ ਲੈਂਦਾ, ਮੈਂ ਸਾਨੂੰ ਕੱਖ ਪੱਠੇ ਮੈਂ ਪਾ ਲੈਂਦਾ। ਇੱਕ ਬੰਦਾ ਹੋ ਸਕਦਾ 6 ਵਜੇ ਉੱਠਦਾ ਹੋਵੇ ਪਰ ਘਰ ਦੇ ਸਾਰੇ ਕੰਮ ਕਰਦਾ, ਜ਼ਿੰਮੇਵਾਰੀ ਨਿਭਾਉਂਦਾ, ਫਰਜ਼ ਨਿਭਾਉਂਦਾ, ਉਲਾਂਭਾ ਕੋਈ ਨਹੀਂ ਆਇਆ ਜ਼ਿੰਦਗੀ ਦੇ ਵਿੱਚ, ਪੂਰੇ ਦਾ ਪੂਰਾ ਸਨਾਰੀਓ ਵੇਖਣਾ ਪੈਂਦਾ ਹੈ। ਇਹਨੇ ਜ਼ਿੰਦਗੀ ਵਿੱਚ ਕੀਤਾ ਕੀ ਹੈ? ਆਪਣੇ ਫਰਜ਼ਾਂ ਨੂੰ, ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ ਕਿੱਦਾਂ ਹੈ? ਪਰ ਸਾਡੇ ਬੰਦਿਆਂ ਦਾ ਸੁਭਾਅ ਬਹੁਤਾ ਇਹ ਹੁੰਦਾ ਹੈ ਵੀ ਜੇ ਮੈਂ ਮੰਨ ਲਓ ਸਵੇਰੇ ਉੱਠਦਾ ਜੀ, ਬਾਕੀ ਤੇ ਸਾਰੇ ਪਾਪੀ ਤੁਰੇ ਫਿਰਦੇ ਆ। ਹੁਣ ਆਪਾਂ ਮਾਸ ਨਹੀਂ ਖਾਂਦੇ, ਕਿੰਨੇ ਬੰਦੇ ਆਪਣੇ ਚ ਮਾਸ ਨਹੀਂ ਖਾਂਦੇ, ਠੀਕ ਹੈ ਮਾਸ ਨਹੀਂ ਖਾਂਦੇ ਠੀਕ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਦੂਜਿਆਂ ਦੇ ਸਿਰ ਤੇ ਬਹਿ ਜਾਓਗੇ ਵੀ ਤੂੰ ਪਾਪੀ ਹੋ ਗਿਆ, ਤੂੰ ਪੁੰਨੀ ਹੋ ਗਿਆ, ਐ ਨਾ ਕਰਦਾ। ਫਿਰ ਹੋ ਸਕਦਾ ਸਾਲ ਤੇਰੇ ਭਈਆ ਕੰਮ ਕਰਕੇ ਗਿਆ ਹੋਵੇ, ਉਹਦਾ ਖੂਨ ਪਸੀਨੇ ਦੀ ਕਮਾਈ ਤਾਂ ਦਿੱਤੀ ਹੋਈ ਨਾ ਹੋਵੇ, ਬੰਦੇ ਦਾ ਖੂਨ ਪੀ ਗਿਆ, ਉਦਾਂ ਕਹਿੰਦਾ ਮੈਂ ਵੈਜੀਟੇਰੀਅਨ ਹਾਂ, ਆਖੋ ਸਤਨਾਮ। ਐ ਨਹੀਂ, ਸਨਾਰੀਓ ਵੇਖਣਾ ਪੈਣਾ, ਨਹੀਂ ਖਾਂਦਾ ਤੇਰੀ ਮਰਜ਼ੀ ਹੈ, ਮੈਂ ਨਹੀਂ ਖਾਂਦਾ। ਮੰਨ ਲਓ ਆਪਾਂ ਕਹੀਏ ਵੀ ਯਾਰ ਮੈਂ ਮਾਸ ਨਹੀਂ ਖਾਂਦਾ, ਬਸ ਗੱਲ ਠੀਕ ਹੈ, ਪਰ ਜੇ ਐਂ ਕਹੇਗਾ ਵੀ ਹੁਣ ਮੈਂ ਖਾਸ ਹੋ ਗਿਆ, ਐ ਨਹੀਂ, ਖਾਸੀਅਤ ਤੇ ਤੇਰੀ ਵੇਖਾਂਗੇ, ਤੇਰੀ ਪ੍ਰੈਕਟੀਕਲਿਟੀ ਕਿੱਦਾਂ ਦੀ ਹੈ, ਲਾਈਫ ਸਟਾਈਲ ਕਿੱਦਾਂ ਦਾ ਤੇਰਾ, ਤੇਰਾ ਵਿਹਾਰ ਕਿੱਦਾਂ ਦਾ, ਜਿੱਥੇ ਕੰਮ ਕਰਦਾ ਹੈ, ਨੌਕਰੀ ਲੱਗੇ ਆ ਸਰਕਾਰੀ, ਤਨਖਾਹ ਲੈਂਦਾ 40,000, 4,000 ਦਾ ਕੰਮ ਨਹੀਂ ਕਰਦਾ ਤੂੰ, ਫਿਰ ਤੈਨੂੰ ਵੈਜੀਟੇਰੀਅਨ ਕਿਵੇਂ ਮੰਨ ਲਈਏ? ਫਿਰ ਕਿਸੇ ਦਾ ਹੱਕ ਖਾਂਦਾ, ਫਿਰ ਤੈਨੂੰ ਵੈਜੀਟੇਰੀਅਨ ਕਿਵੇਂ ਮੰਨ ਲਈਏ? ਗੁਰਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ, ਹੱਕ ਪਰਾਇਆ ਨਾਨਕਾ, ਕਹਿੰਦੇ ਹਿੰਦੂ ਨਹੀਂ ਖਾਂਦੇ ਗਾਂ ਤੇ ਮੁਸਲਮਾਨ ਨਹੀਂ ਖਾਂਦੇ ਖਾਂਦੇ ਸੂਰ, ਪਰ ਕਹਿੰਦੇ ਜਿਹੜਾ ਪਰਾਇਆ ਹੱਕ ਖਾਂਦਾ ਹਿੰਦੂ ਹੋਏਗਾ, ਸਮਝ ਲਓ ਉਹਨੇ ਗਾਂ ਖਾ ਲਈ, ਤੇ ਜੇ ਮੁਸਲਮਾਨ ਨੇ ਪਰਾਇਆ ਹੱਕ ਖਾ ਲਿਆ ਉਹਨੇ ਸਮਝ ਲਓ ਸੂਰ ਖਾ ਲਿਆ, ਉਹ ਤਾਂ ਕਹਿੰਦਾ ਮੈਂ ਸੂਰ ਨਹੀਂ ਖਾਂਦਾ, ਪਰ ਪਰਾਇਆ ਹੱਕ ਖਾਧਾ ਤੇ ਸਮਝ ਲੈ ਤੈਂ ਸੂਰ ਖਾ ਲਿਆ।
ਕਈ ਜਾਂ ਮੈਂ ਗਾਂ ਨਹੀਂ ਖਾਂਦਾ ਪਰਾਇਆ ਹੱਕ ਖਾਣ ਵਾਲਿਆ ਖਾ ਲਈ ਤੈਂ ਗਾਂ ਫਿਰ ਨਹੀਂ ਤੂੰ ਰਹਿ ਗਿਆ ਵੈਜੀਟੇਰੀਅਨ ਇੱਥੇ ਇਸੇ ਤਰ੍ਹਾਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਵੀ ਸਿਰ ਤੇ ਨਾ ਬੈਠੋ ਨਹੀਂ ਖਾਂਦੇ ਠੀਕ ਹੈ ਗੱਲ ਇੱਕ ਸਿੱਧੀ ਗੱਲ ਹੋ ਗਈ ਵੀ ਇੱਕ ਮਾਸ ਖਾਂਦਾ ਇੱਕ ਨਹੀਂ ਖਾਂਦਾ ਬਸ ਇਹਨੂੰ ਇੰਨਾ ਹੀ ਰੱਖ ਲਓ ਇੰਨਾ ਹੀ ਬਹੁਤ ਹੈ ਬਾਕੀ ਰਹੀ ਗੱਲ ਅਗਲਾ ਨੇ ਜਦੋਂ ਸਵਾਲ ਕਰਨੇ ਨੇ ਫਿਰ ਅੱਗੇ ਬੜੇ ਸਵਾਲ ਖੜੇ ਹੋ ਜਾਣ ਵੀ ਭਾਈ ਜਿਹੜੀ ਦਾਲ ਖਾਂਦਾ ਹੈ ਇਹਨੂੰ ਪੁੰਗਰਨ ਵਾਸਤੇ ਰੱਖਦੇ ਪਾਣੀ 'ਚ ਪਾ ਕੇ ਰੱਖਦੇ ਸਾਬਤ ਮੂੰਗੀ ਪਰਸੋਂ ਨੂੰ ਵੇਖੀ ਜੀ ਮੈਂ ਤਰਸਦੇ ਨੇ ਵੀ ਆਉਣ ਦੇ ਬਾਹਰ ਨੂੰ ਸਾਨੂੰ ਐਂ ਆ ਜਾਣੀ ਪੁੰਗਰ ਕੇ ਆ ਜਾਣਾ ਸਾਰਾ ਬਾਹਰ ਵੀ ਬਾਹਰ ਆਉਣਾ ਅਸੀਂ ਅਸੀਂ ਬੂਟੇ ਬਣਨਾ ਦਰਖਤ ਬਣਨਾ ਹੈ ਹਰੇਕ ਨਿੱਕੇ ਨਿੱਕੇ ਬੀਜ ਦੇ ਵਿੱਚੋਂ ਉਹ ਬਾਹਰ ਆਉਣਾ ਚਾਹੁੰਦਾ ਹੈ ਤੋੜ ਕੇ ਆਉਂਦਾ ਬੀਜ ਨੂੰ ਬਾਹਰ ਵਧਣ ਦੇ ਉਹਦੇ ਵਿੱਚ ਹੈ ਫਿਰ ਸਵਾਲ ਖੜੇ ਹੋਣੇ ਨੇ ਵੀ ਜੀਵ ਤੇ ਸਾਰਿਆਂ ਚ ਨੇ ਜੇਤੇ ਦਾਣੇ ਅੰਨ ਕੇ ਜੀਆਂ ਬਾਜਣਾ ਹੋਏ ਤੇ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਹਿੰਦੇ ਕਿਉਂ ਮੂਰਖਾਂ ਵਾਲਾ ਝਗੜਾ ਕਰਦੇ ਹੋ ਇਹ ਖਾਣ ਦਾ ਤੇ ਪਹਿਨਣ ਦਾ ਇਹ ਝਗੜਾ ਜਿਹੜਾ ਆ ਇਹ ਮੂਰਖਾਂ ਦਾ ਝਗੜਾ ਹੈ ਕੀ ਖਾਣਾ ਹੈ ਕੀ ਪਹਿਨਣਾ ਇਹ ਤੇਰੀ ਮਰਜ਼ੀ ਹੈ ਗੱਲ ਇਹ ਹੈ ਵੀ ਤੂੰ ਕੀਤਾ ਕੀ ਹੈ ਜ਼ਿੰਦਗੀ ਦੇ ਵਿੱਚ ਇਹ ਵੇਖਣਾ ਪੈਣਾ ਜੇ ਅੱਜ ਬਾਜਾਂ ਵਾਲੇ ਆ ਜਾਣਾ ਇੱਥੇ ਆ ਜਾਣਾ ਅੱਜ ਉਹ ਸਾਡੇ ਢਿੱਡ ਨਹੀਂ ਚੈੱਕ ਕਰਦੇ ਫਿਰਨਗੇ ਵੀ ਲਿਆ ਵੇਖੀਏ ਤੇਰੇ ਢਿੱਡ 'ਚ ਕੀ ਹੈ ਤੇਰੇ ਢਿੱਡ 'ਚ ਮੂੰਗੀ ਹੈ ਇਹਦੇ ਢਿੱਡ 'ਚ ਸਾਗ ਹੈ ਇਹਦੇ ਢਿੱਡ 'ਚ ਕੱਦੂ ਹੈ ਇਹਦੇ ਢਿੱਡ 'ਚ ਆਮਲੇਟ ਹੈ ਉਹ ਇਹ ਵੇਖਣਗੇ ਵੀ ਤੇਰੀ ਪ੍ਰੈਕਟੀਕਲਟੀ ਕੀ ਹੈ ਤੇਰਾ ਲਾਈਫ ਸਟਾਈਲ ਕੀ ਹੈ ਅੱਜ ਤੱਕ ਤੈਂ ਕਰਿਆ ਕੀ ਹੈ ਆਖੋ ਸਤਨਾਮ ਕਰਿਆ ਤੈਂ ਕੀ ਹੈ ਇਹ ਦੱਸ ਆ ਇਸ਼ੂ ਨਾ ਬਣਾ ਕੇ ਬੈਠ ਇਹ ਨਹੀਂ ਮਸਲਾ ਮੂਰਖਾਂ ਦਾ ਝਗੜਾ ਪਾ ਕੇ ਬਹਿ ਗਿਆ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਗਿਆਨ ਧਿਆਨ ਦਾ ਪਤਾ ਨਹੀਂ ਕਮਲਿਆਂ ਵਾਲਾ ਝਗੜਾ ਪਾ ਕੇ ਬਹਿ ਗਿਆ ਤੂੰ ਇਹ ਵਿਸ਼ਾ ਨਹੀਂ ਵਿਸ਼ਾ ਇਹ ਹੈ ਵੀ ਜ਼ਿੰਦਗੀ 'ਚ ਕਰਦੇ ਕੀ ਹੋ ਤੁਸੀਂ ਜਿੱਦਣ ਵੇਖਿਆ ਜਾਣਾ ਨਾ ਇੱਕ ਬੰਦੇ ਨੇ ਮੋਬਾਈਲ ਦੀ ਕਾਢ ਕੱਢੀ ਹੈ ਉਹ ਕੀ ਖਾਂਦਾ ਸੀ ਕੀ ਪਹਿਨਦਾ ਸੀ ਟੌਪਿਕ ਇਹ ਨਹੀਂ ਆਉਣਾ ਇਹ ਆਉਣਾ ਵੀ ਬੰਦੇ ਨੇ ਜ਼ਿੰਦਗੀ 'ਚ ਬਣਾਇਆ ਵੇਖੋ ਕੀਤਾ ਵੇਖਿਆ ਇਹ ਜਾਂਦਾ ਹੈ ਐ ਨਹੀਂ ਵੇਖਿਆ ਜਾਣਾ ਸੱਚ ਬੋਲਿਆ ਕਿ ਝੂਠ ਬੋਲਿਆ ਆਪਾਂ ਪੱਖੋਵਾਲ ਬੇਨਤੀ ਕੀਤੀ ਸੀ ਗੰਗੂ ਦੱਸੋ ਪਿਆਰਿਓ ਬੋਲ ਕੇ ਦੱਸਿਓ ਗੰਗੂ ਨੇ ਜਦੋਂ ਸਰਹੰਦ ਗਿਆ ਜਾ ਕੇ ਕਿਹਾ ਸਾਹਿਬਜ਼ਾਦੇ ਮੋਰਿੰਡੇ ਜਾ ਕੇ ਕਹਿੰਦਾ ਮੇਰੇ ਘਰੇ ਹੈ ਫੜ ਲਿਆਓ ਇਹ ਸੱਚ ਹੈ ਕਿ ਝੂਠ ਹੈ ਬੋਲੋ ਪਿਆਰਿਓ ਗੱਜ ਕੇ ਸੱਚ ਹੈ ਤੇ ਜਾਨੀ ਗਨੀ ਖਾਂ ਤੇ ਨਵੀ ਖਾਂ ਗੁਰੂ ਗੋਬਿੰਦ ਸਿੰਘ ਨੂੰ ਉੱਚ ਦਾ ਪੀਰ ਬਣਾ ਕੇ ਲਈ ਜਾਂਦੇ ਹੈ ਉਹ ਪੁੱਛਦੇ ਆ ਕੌਣ ਹੈ ਕੌਣ ਸੀ ਬੋਲੋ ਬੋਲੋ ਗੁਰੂ ਗੋਬਿੰਦ ਸਿੰਘ ਤੇ ਦੱਸਿਆ ਕੀ ਉੱਚ ਦਾ ਪੀਰ ਦੱਸਿਆ ਨਾ ਇਹ ਸੱਚ ਹੈ ਕਿ ਝੂਠ ਹੈ ਝੂਠ ਹੈ ਇਹ ਸੱਚ ਹੈ ਕਿ ਝੂਠ ਹੈ ਇਹ ਝੂਠ ਹੈ ਗੰਗੂ ਸੱਚ ਬੋਲਦਾ ਹੈ ਗਨੀ ਖਾਂ ਤੇ ਨਬੀ ਖਾਂ ਝੂਠ ਬੋਲਦੇ ਹੈ ਪਰ ਐ ਨਹੀਂ ਪਿੱਛੇ ਹਟ ਕੇ ਪੂਰੀ ਪਿਕਚਰ ਵੇਖੋ ਵੀ ਕਰਨਾ ਕੀ ਚਾਹੁੰਦੇ ਹੈ ਸੱਚ ਇਹਦੇ ਪਿੱਛੇ ਵੇਖੋ ਵੀ ਕਰਨਾ ਕੀ ਇਹਨਾਂ ਨੇ ਕੀਤਾ ਕੀ ਗੰਗੂ ਨੇ ਕੀ ਕੀਤਾ ਸੱਚ ਬੋਲ ਕੇ ਤੇ ਗਨੀ ਖਾਂ ਤੇ ਨਬੀ ਖਾਂ ਨੇ ਝੂਠ ਬੋਲ ਕੇ ਕੀ ਕੀਤਾ ਲੈ ਹੁਣ ਸੱਚ ਝੂਠ ਹੋ ਗਿਆ ਤੇ ਝੂਠ ਸੱਚ ਹੋ ਗਿਆ ਤੂੰ ਰਹਿਣ ਹੀ ਦਿੰਦਾ ਇਹ ਸੱਚ ਬੋਲਣ ਨੂੰ ਗੰਗੂਆ ਵੇ ਗੰਗੂਆ ਤੂੰ ਆ ਸੱਚ ਬੋਲਣ ਨੂੰ ਰਹਿਣ ਹੀ ਦਿੰਦਾ ਤੇ ਗਨੀ ਖਾਂ ਤੇ ਨਬੀ ਖਾਂ ਤੁਸੀਂ ਸੌ ਵਾਰੀ ਇਹੋ ਜਿਹਾ ਝੂਠ ਬੋਲੋ ਕਿਉਂਕਿ ਜਦੋਂ ਪੂਰੀ ਪਿਕਚਰ ਵੇਖੋਗੇ ਪੂਰੀ ਪਿਕਚਰ ਪਿੱਛੇ ਹਟੋ ਸਨਾਰੀਓ ਵੇਖੋ ਸਮੁੱਚਤਾ ਵੇਖੋ ਉਦੋਂ ਗਨੀ ਖਾਂ ਤੇ ਨਬੀ ਖਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਨੂੰ ਬਾਹਰ ਕੱਢਣਾ ਚਾਹੁੰਦੇ ਹੈ ਬਚਾਉਣਾ ਚਾਹੁੰਦੇ ਹੈ ਕਹਿੰਦੇ ਬਾਜਾਂ ਵਾਲੇ ਨੂੰ ਬਾਹਰ ਕੱਢੋ ਆ ਘੇਰੇ ਦੇ ਵਿੱਚੋਂ ਕੱਢਣਾ ਸਾਨੂੰ ਗੁਰੂ ਗੋਬਿੰਦ ਸਿੰਘ ਨੂੰ ਪੈਣਾ ਹੈ ਤੇ ਉਦੋਂ ਤੁਹਾਨੂੰ ਗਨੀ ਖਾਂ ਤੇ ਨਬੀ ਖਾਂ ਦਾ ਬੋਲਿਆ ਝੂਠ ਵੀ ਸੱਚ ਲੱਗਣਾ ਤੇ ਗੰਗੂ ਦਾ ਝੂਠ ਵੀ ਸੱਚ ਵੀ ਝੂਠ ਬਣ ਜਾਣਾ ਹੈ ਤਾਂ ਕਰਕੇ ਸਨਾਰੀਓ ਕਦੋਂ ਵੇਖਣ ਲੱਗੋਗੇ ਪੂਰੀ ਪਿਕਚਰ ਕਦੋਂ ਵੇਖਣ ਲੱਗੋਗੇ ਕੀਤਾ ਕੀ ਹੈ ਬੰਦਾ ਇੰਟਰਨੈਟ ਦੀ ਕਾਢ ਕੱਢਦਾ ਹੁਣ ਵੇਖੀ ਜਾਵੇ ਖਾਂਦਾ ਕੀ ਹੈ ਉਹ ਬੰਦਾ ਮੋਬਾਈਲ ਦੀ ਕਾਢ ਕੱਢਦਾ ਤੂੰ ਐਂ ਵੇਖੀ ਚੱਲ ਵੀ ਇਹਦੇ ਢਿੱਡ 'ਚ ਕੀ ਹੈ ਬਈ ਵੇਖੋ ਤੇ ਸਹੀ ਮੂੰਗੀ ਦੀ ਦਾਲ ਹੈ ਕੀ ਹੈ ਵੇਖੀ ਚੱਲੋ ਇਹ ਚੀਜ਼ਾਂ ਪੂਰੀ ਪਿਕਚਰ ਵੇਖੋ ਤੁਸੀਂ ਪਿੱਛੇ ਹਟ ਕੇ ਕੀਤਾ ਕੀ ਪਹੁੰਚਿਆ ਕਿੱਥੇ ਹੈ
ਤਿੰਨ ਤਿੰਨ ਵਜੇ ਉੱਠਦਾ ਰਿਹਾ ਪਰ ਪਹੁੰਚਿਆ ਕਿੱਥੇ ਹੈ? ਸਾਰੀ ਜ਼ਿੰਦਗੀ ਮਾਸ ਨਹੀਂ ਖਾਧਾ ਪਰ ਹੱਕ ਤੇ ਨਹੀਂ ਖਾਧਾ ਕਿਸੇ ਦਾ ਤੈਂ। ਅਗਲਾ ਕਹਿੰਦਾ ਬਾਊ ਜੀ 2 ਰੁਪਈਏ ਸਬਜ਼ੀ ਚੋਂ ਬਚਦੇ ਆ, ਮੈਂ ਤੈਨੂੰ ਮੰਡੀ ਚੋਂ ਲੈ ਕੇ ਆਇਆ 3 ਰੁਪਈਏ ਕਿਲੋ, ਤੈਨੂੰ ਵੇਚਣ ਲੱਗਿਆ ਗੋਭੀ 5 ਰੁਪਈਏ ਕਿਲੋ, ਇੰਨਾ ਕੁ ਮੇਰਾ ਹੱਕ ਬਣਦਾ ਹੈ। ਤੇਰੇ ਪਿੰਡ ਸਾਈਕਲ ਚਲਾ ਕੇ ਲੈ ਕੇ ਆਇਆ, ਮੰਡੀ ਦੇ ਵਿੱਚੋਂ ਧੱਕੇ ਖਾ ਕੇ ਸਵੇਰ ਦਾ ਤੁਰਿਆ, 2-2 ਰੁਪਈਏ ਕਿਲੋ ਚੋਂ ਬਚਣੇ ਐ, 30 ਕਿਲੋ ਗੋਭੀ ਵੇਚੂ ਤਾਂ 60 ਰੁਪਈਏ ਬਣਨਗੇ, 50 ਕਿਲੋ ਬਤਾਊ ਵੇਚੂ ਤਾਂ 100 ਰੁਪਈਆ ਬਣੂ, 5-4 ਸਬਜ਼ੀਆਂ ਹੋਰ ਨੇ 300 ਰੁਪਈਆ ਰਾਤ ਤੱਕ ਬਣਾ ਕੇ ਲਿਆਉਣਾ ਮੈਂ 2 ਰੁਪਈਏ, ਤੇ ਤੂੰ ਕਹਿੰਦਾ ਨਾ ਨਾ ਤੈਨੂੰ 3 ਹੀ ਦੇਣੇ ਨੇ, ਮੈਂ 3 ਰੁਪਈਏ ਹੀ ਦਊ। ਉਹਦਾ 2 ਰੁਪਈਏ ਵੀ ਤੂੰ ਖਾਣਾ ਹੈ, ਤੂੰ ਮਾਰਦਾ ਹੈ। ਫਿਰ ਕਹਿੰਦਾ ਮੈਂ ਵੈਜੀਟੇਰੀਅਨ, ਐ ਨੀ ਤੇਰੀ ਸਾਰੀ ਪਿਕਚਰ ਵੇਖਾਂਗੇ, ਇੰਨੀ ਇੰਨੇ ਨਾਲ ਨਹੀਂ ਕੰਮ ਚੱਲਣਾ, ਇੰਨੇ ਨਾਲ। ਹੁਣ ਗੱਲ ਮੈਂ ਆਪਣੀ ਕਰਦਾ, ਮੇਰੇ ਵਰਗਾ ਸਟੇਜ ਤੇ ਬਹਿ ਕੇ ਕੀਰਤਨ ਕਰਦਾ ਐ ਗੁਣ ਗਾਉਣਾ ਨਹੀਂ ਮੰਨਦੇ, ਪੂਰੀ ਪਿਕਚਰ ਵੇਖਾਂਗੇ ਪੂਰੀ, ਵੀ ਜ਼ਿੰਦਗੀ ਲਾਈਫ ਸਟਾਈਲ ਕੀ ਹੈ। ਏਦਾਂ ਨਹੀਂ, ਹੁਣ ਸਾਡੇ ਵਰਗੇ ਤੇ ਐਂ ਚੋਲਾ ਪਾ ਕੇ ਕਹਿੰਦੇ ਕਿ ਕੱਫਣ ਪਾਇਆ ਜੀ, ਅਸੀਂ ਤੇ ਕੱਫਣ ਪਾਇਆ, ਰੱਬ ਸਾਰਿਆਂ ਨੂੰ ਪਵਾਏ ਲੈ ਇਹੋ ਜਿਹਾ ਕੱਫਣ, ਕਾਟਨ ਦਾ ਕੱਫਣ, ਕਢਾਈ ਵਾਲਾ ਕੱਫਣ, ਪ੍ਰੈਸ ਕੀਤਾ ਕੱਫਣ, ਰੋਜ਼ ਨਵਾਂ ਕੱਫਣ, ਸਾਰਿਆਂ ਨੂੰ ਪਵਾਵੇ ਇਹ, ਵੀ ਤੈਂ ਸਿੱਧੀ ਗੱਲ ਕਰ ਜੈਨੂਅਨ। ਇੱਕ ਬੰਦਾ ਕਹਿੰਦਾ ਯਾਰ ਮੈਂ ਮਾਸ ਨਹੀਂ ਖਾਂਦਾ, ਤੂੰ ਖਾਂਦਾ ਚੱਲ ਠੀਕ, ਮੈਂ 3 ਵਜੇ ਉੱਠਦਾ, ਤੂੰ 6 ਵਜੇ ਉੱਠਦਾ, ਚੱਲ ਠੀਕ 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 ਰੱਖ ਲੈ, ਮੈਂ ਕੱਪੜੇ ਲਾ ਦੇ ਮੈਂ ਨੰਗਾ ਫਿਰਦਾ, ਮੇਰਾ ਜੀ ਕੀਤਾ ਮੈਂ ਨੰਗਾ ਹੋ ਗਿਆ, ਮੈਂ ਸਾਧ ਬਣ ਗਿਆ ਮੈਂ ਨੰਗੇ ਕੱਪੜੇ ਫਿਰਦਾ, ਚੱਲ ਤੇਰੀ ਮਰਜ਼ੀ ਸਿਰ ਤੇ ਨਾ ਵੇ। ਏਦਾਂ ਹੀ ਤੈਂ ਚੋਲਾ ਪਾ ਲਿਆ, ਦੂਜੇ ਦੂਜੇ ਕੱਪੜੇ ਪਾਉਂਦੇ ਨੇ, ਪਰ ਇਹਦਾ ਮਤਲਬ ਇਹ ਨਹੀਂ ਵੀ ਤੂੰ ਕੁਝ ਖਾਸ ਹੋ ਗਿਆ, ਜਿਹੇ ਜੇ ਦੂਜੇ ਨੇ ਉਹੇ ਜਿਹਾ ਤੂੰ ਹੈ। ਪਰ ਸਾਡੇ ਕੀ ਕਿਹਾ ਜਾਂਦਾ ਹੈ, ਇਹ ਤੇ ਕੱਫਣ ਹੈ ਜੀ, ਜਿਹਨੇ ਪਾ ਲਿਆ ਬਸ ਇਹ ਤੇ ਸੰਸਾਰ, ਇਹ ਤੇ ਤਾਂ ਸਾਡੇ ਵਰਗੇ ਫਿਰ ਕੱਫਣ ਤੇ ਭਾਵੇਂ ਕੱਫਣੀ ਤੇ ਨਾ ਜੇ ਝਾੜੀ ਤੇ ਵੀ ਪਈ ਹੋਵੇ ਤਾਂ ਵੀ ਮੱਥਾ ਟੇਕ ਦਿਆ ਕਰੋ, ਏਦਾਂ ਸਮਝਾਉਂਦੇ ਆ। ਚੋਲਾ ਤੇ ਜੇ ਝਾੜੀ ਤੇ ਵੀ ਟੰਗਿਆ ਹੋਵੇ ਨਾ ਬਾਣੇ ਨੂੰ ਮੱਥਾ ਟੇਕਿਆ ਕਰੋ ਭਾਈ, ਏਦਾਂ ਸਮਝਾਉਂਦੇ ਆ, ਝਾੜੀ ਤੇ ਵੀ ਮੱਥਾ ਟੇਕੋ ਜੇ ਤੂੰ ਝਾੜੀ ਤੇ ਵੀ ਪਿਆ, ਚੋਲਾ ਤੇ ਪਾਇਆ ਗੱਲ ਠੀਕ ਹੈ, ਬਾਕੀਆਂ ਨੇ ਪੈਂਟਾਂ ਪਾ ਲਈਆਂ ਤੈਂ ਚੋਲਾ ਪਾ ਲਿਆ, ਦੂਜਾ ਕੁੜਤਾ ਪਜਾਮਾ ਪਾਈ ਬੈਠਾ ਤੈਂ ਚੋਲਾ ਪਾ ਲਿਆ, ਦੂਜੇ ਨੇ ਪੱਗ ਤਿੱਖੀ ਬੰਨ ਲਈ ਤੈਂ ਗੋਲ ਬੰਨ ਲਈ। ਬਸ ਇਹਨੂੰ ਜੈਨੂਅਨ ਰੱਖੋ, ਐਂ ਥੋੜਾ ਵੀ ਸਿਰ ਤੇ ਪਾ ਲਾਂਗੇ, ਹੁਣ ਦੂਜੇ ਨੇ ਹੋਰ ਕੰਮ ਸਿੱਖਿਆ ਸੀ ਤੈਂ ਬਾਜਾ ਸਿੱਖ ਲਿਆ, ਬਸ ਠੀਕ ਹੈ ਗੱਲ ਖਤਮ, ਪਰ ਸਿਰ ਤੇ ਤਾਂ ਮਾਵਾਂਗੇ, ਕੁਝ ਕਰਕੇ ਵਿਖਾ, ਜੇ ਨੰਗਾ ਰਹਿਣਾ ਤੇ ਕਰਕੇ ਵਿਖਾ ਕੁਛ, ਜੇ ਤੈਂ ਚੋਲਾ ਪਾਇਆ ਕੁਝ ਕਰਕੇ ਵਿਖਾ, ਜੇ 3 ਵਜੇ ਉੱਠਣਾ ਤੇ ਦੁਨੀਆ ਨਾਲੋਂ ਵੱਖਰਾ ਬਣ ਕੇ ਵਿਖਾ, ਜੇ ਵੈਜੀਟੇਰੀਅਨ ਰਹਿਣਾ ਤੇ ਬੰਦਿਆਂ ਦਾ ਮਾਸ ਖਾਣਾ ਛੱਡ, ਬੰਦਿਆਂ ਦਾ ਖੂਨ ਪੀਣਾ ਛੱਡ, ਸਾਰੇ ਸਾਰਾ ਸਿਨਾਰੀਓ ਵੇਖੋ, ਪੂਰੀ ਪਿਕਚਰ ਵੇਖੋ, ਤੇ ਜਿੱਦੇ ਸਾਨੂੰ ਪੂਰੀ ਪਿਕਚਰ ਵੇਖਣ ਦੀ ਜਾਚ ਆ ਗਈ, ਜ਼ਿੰਦਗੀ ਬਦਲ ਗਈ, ਸਿਸਟਮ ਹੀ ਚੇਂਜ ਹੋ ਸਕਦਾ ਸਾਰੇ ਦਾ ਸਾਰਾ।